ਰੋਜ਼ੀ ਵੀ ਛੋਟੀ ਹੁੰਦੀ ਇਹਦੀ ਸਾਰੇ ਆਂਟੀ ਪੀਣਾ ਇੰਨੀਆਂ ਗੱਲਾਂ ਕਰਦੇ ਹੁੰਦੇ ਆਂਦੇ ਹੁੰਦੇ ਬਾਜੀ ਜੀ ਨਾ ਪੋਤਰੀ ਇੰਨੀ ਕੋਝੀ ਆਂਟੀ ਪੀਣਾ ਆਂਟੀ ਜੀ ਨਾ ਬਾਜੀ ਜੀ ਨਾ ਪੋਤਰੀ ਇੰਨੀ ਕੋਝੀ ਹੈ ਨਾ ਮਾੜੀ ਮਾੜੀ ਸੀ ਨਾ ਤੇ ਤਰੀਕੇ ਤੋਂ ਸੁਣਾ ਇਹ ਤਰੀਕੇ ਪੰਜਾਬੀ ਮੇ ਤਰੀਕੇ ਬੜੀ ਸੋਹਣੀ ਹੋਣੀ ਵੇਖੀ ਵੇਖੀ ਤੇ ਇਹਨਾਂ ਨਾ ਹੱਥ ਤੇ ਇੰਨਾ ਸੋਹਣੀ ਨਿਕਲੇ ਕਿਚਨ ਚ ਵੇਖੇ ਉਹ ਆਂਦਾ ਸਵੇਰੇ ਮੈਂ ਨਾ ਮੋਟਰ ਵੀ ਸਹੀ ਕਰ ਦਿੰਦਾ ਆਂਦਾ ਫਟਾਕ ਪੋਲੋ ਪੂਰਾ ਆਂਦਾ 450 ਸੂਟ ਚੋਣਾ ਮੋਟਰ ਦਾ ਉਹ ਆਂਦਾ ਐਵੇਂ 450 ਮੈਂ ਉਹਨੂੰ ਸਹੀ ਕਰ ਦੇਣਾ ਜੇ ਉਹ ਮੇਰਾ ਕੋਸਾ ਦਾ ਬੰਦਾ ਮਜ਼ਾਕ ਲੱਗਾ ਸੀ ਅਜ਼ਰ ਬਚਾਉਣ ਦਾ ਯਾਰ ਕਰਦਾ ਨਾ ਉਹਨੂੰ ਕਹਿੰਦੇ 450 ਦਾ ਤੇ ਸੋਚ ਹੀ ਆਉਣਾ ਉਹ ਆਂਦਾ ਵੀ 450 ਮੈਂ ਉਹਨੂੰ ਸੋਚ ਨੂੰ ਸਹੀ ਕਰ ਲੈਣਾ ਆ ਪੱਖਾ ਵੀ ਹੁੰਦੀ ਕਰਕੇ ਗਿਆ ਰੁਪਈਆ ਵੀ ਮੰਗਵਾਇਆ ਉਹ ਕਰਨਾ ਜਾਮ ਹੋ ਗਿਆ ਜਾਮ ਪਤਾ ਨਹੀਂ ਟ੍ਰੇਕ ਨੇ ਕੀ ਕਰਦਾ ਆ ਦਰਵਾਜ਼ਾ ਬੰਦ ਕਰੋ ਕੁੰਡੀ ਲਗਾ ਦਿਓ ਅਰੇ ਹਮ ਮੂਹੀ ਸੇ ਇਸਕੋ ਇਧਰ ਕਰਾ ਦੇ ਅਰੇ ਹਾਂ ਉਹਨੇ ਨਹੀਂ ਬਣਾ ਹੁਣ ਉੱਠ ਜਾ ਗਰੁੱਪ ਚ ਸਵੇਰਾ ਉੱਠ ਨਹੀਂ ਸੀ ਵੀ ਜਿਹੜਾ ਸਾਡਾ ਗਰੁੱਪ ਬਣਿਆ ਹੈ ਕਿ ਭਾਜੀ ਜੀ ਨਾ ਇਹ ਵਾਲੀ ਇਹ ਜੈਨੀ ਗੱਲ ਕਰਾ ਦੇ ਕੋਈ ਸੋ ਨਹੀਂ ਗੱਲ ਉਸ ਤੇ ਮੇਰਾ ਵੀ ਸਵੇਰਾ ਦੀ ਸੀ ਕੋਈ ਨੂੰ ਆਹੋ ਫੋਨ ਨੀ ਲੱਗਦਾ ਪਤਾ ਨੀ ਕੀ ਗੱਲ ਵੇਚੀ ਸਨ ਸ਼ਕਲਾਂ ਬਣਾ ਚਿੱਟੀਆਂ ਬਿੱਲੀਆਂ ਬਣਾ ਬਣਾ ਸਾਡੇ
ਤੇ ਉਹ ਕਿੰਨੇ ਜੀਆਂ ਨੇ ਆਣਾ ਉੱਥੇ ਮੰਗਣੇ? 45 ਬੰਦੇ ਆ ਨੇ ਕਿਹੜਾ? ਮੈਂ ਕਹਿੰਦੀ ਮੰਗਣੀ ਤੇ ਕਿੰਨਿਆਂ ਨੇ ਜੀਆਂ ਨੇ ਆਣਾ? 15 ਨੇ ਆਂਦੇ ਨੇ, ਇੱਕ ਦਿਓਰ ਤੇ ਇੱਕ ਪ੍ਰਭੂ ਦਾ ਔਰ ਇੱਕ ਭਰਾ ਤੇ ਅਸ਼ਰ ਡੀਆ ਲੱਗ ਤੋਂ ਨਹੀਂ ਗਈ।13 ਜੀ ਬਣਦੇ ਨੇ ਉਹ ਤੇ ਚਲੋ 15 ਦਾ ਹਿਸਾਬ ਲਾ ਲੋ। ਕੁੜੀਆਂ ਨੇ ਮੰਨਦੀਆਂ ਨੇ ਕੱਪੜੇ ਨਹੀਂ ਦੇਣੇ, ਕੱਪੜੇ ਦੇ ਇੱਡੇ ਇੱਡੇ ਮਹਿੰਗੇ ਲਿਆ ਕੇ ਦਿੱਤੇ, ਉਹਦੀਆਂ ਗੱਲਾਂ ਕਰਦੇ। ਮੈਂ ਕਿਹਾ ਤੂੰ ਉਹਨਾਂ ਨੂੰ, ਮੈਂ ਕਿਹਾ ਜਦੋਂ ਮਾਂ ਉਮਰਾ ਕਰਕੇ ਆਈ ਸੀ ਤੇ ਆਪਣੀ ਮਾਸੀ ਸੱਸ ਦੀ ਚਾਦਰ ਲੈ ਲਿਆ ਤੇ ਯਾਰਮਾ ਲੈ ਲਿਆ ਤੇ ਉਹਦੇ ਵੀ ਲੈ ਲਿਆ ਤੇ ਉਹਦੇ ਵੀ ਲੈ ਲਿਆ, ਤੇ ਮੈਂ ਕਿਹਾ ਉਸ ਗਰੀਬੜੀ ਦੀਵਾਲੀ ਆਈ ਤਾਂ ਹੁਣ ਤੁਹਾਡੇ ਕਾਨੂੰਨ ਚੜ ਗਏ? ਉਹ ਜ਼ਿਆਦਾ ਰੋਲ ਹੀ ਲੱਗ ਗਈ। ਕੁੱਪੋ ਪਿਓ ਸਾਡਾ ਵਡੇਰਾ, ਇੱਕ ਸਾਡਾ ਭਰਾ ਹੈ, ਸਾਡੀ ਮਾਂ ਨੂੰ ਪਤਾ ਹੀ ਨਹੀਂ ਲੱਗਦਾ। ਉਹ ਪਕਵਾਨ ਦਾ ਪੁੱਤਰ ਚੁੱਪ ਕਰ ਦਿਓ, ਕੁਛ ਨਹੀਂ ਹੁੰਦਾ ਫਿਰ ਕੀ ਨਹੀਂ ਆ। ਜੇ ਅੰਮੀ ਨੇ ਉਹਨਾਂ ਨੂੰ ਕੱਪੜੇ ਦਿੱਤੇ ਤਾਂ ਮੈਂ ਆਉਂਦਾ ਨਹੀਂ, ਨਾਲੇ ਬਹਿ ਜਾ ਟੂਟ ਮੇਰੇ ਤੇ ਬਰਾ ਦਿਨ ਮੈਂ ਕਹ ਰੁਸ ਕੇ ਟੋਰ ਪੈਣ ਲੱਗ ਗਈ ਏ। ਮੈਂ ਕਿਹਾ ਕੁਛ ਨਹੀਂ ਹੁੰਦਾ, ਮੈਂ ਕਿਹਾ ਲੋਨਾਂ ਦੇ ਚਲੋ ਦੇ ਦਿਓ, ਮਾਂ ਪਿਓ ਦਾ ਤੇ ਚਲੋ ਹੋ ਗਿਆ ਨਾ, ਚਲੋ ਸਹੀ ਕਹਿੰਦੇ ਫੇਰ ਵੀ ਮੈਨੂੰ ਹੁਣ ਦੂਸਰੇ ਕੋ ਫੇਰ ਗੱਲ ਹੋਈ ਏ ਤੇ ਫੇਰ ਵੀ ਨਾ ਪੈਸੇ ਲੈ ਗਏ। ਚਲੋ ਕੁੜੀਆਂ ਨੇ ਸਭ ਮੰਨ ਲਿਆ ਨਾ ਪੁੱਤਰ, ਅਗਲੇ ਆਉਂਦੇ ਨੇ ਪਹਿਲੀ ਵਾਰੀ ਮੰਗਣੀ ਕਰਨ ਲੱਗੇ ਹੋਏ ਤੇ ਇਹਨਾਂ ਨੂੰ ਬਰਤਨ ਦਾ ਹੀ ਚੱਲ ਰਿਹਾ। ਜਵਾਈ ਨੂੰ ਦੇਣੇ ਹੁੰਦੇ ਨੇ ਤੇ ਇੱਕ ਦੋ ਵਾਰ ਹੁੰਦੀ ਹੈ ਵੀ ਯਾਦਗਿਰੀ ਹੁੰਦੀ ਹੈ, ਕੋਈ ਨੀ ਗੱਲ ਫਿਰ ਇੱਥੇ ਬੰਦਾ ਸਾਰੇ ਪੂਰੇ ਕਰ। ਮੈਂ ਸਾਰਾ ਦੇ ਸਹੁਰਿਆਂ ਨੇ ਇੱਥੇ ਦੇ 16-17 ਦੀ ਆ ਜ਼ਿਆਦਾ ਗਏ, ਮੇਰੀ ਤਬੀਅਤ ਬੜੀ ਹੀ ਸੁਣ ਹੋ ਗਈ, ਮੇਰੀ ਸ਼ੂਗਰ ਤੇ ਬਲੱਡ ਬਿਲਕੁਲ ਜ਼ੀਰੋ ਤੇ ਟੁੱਟ ਗਿਆ। ਉਹ ਉੱਥੇ ਵਾਸ਼ਰੂਮ ਵਿੱਚ ਹੀ ਘੁੱਟ ਗਿਆ ਤੇ ਬੀਨਾ ਵਿਚਾਰੀ ਆਈ, ਉਹ ਫਿਰ ਜਿਹੜੇ ਪਹਿਲਾਂ ਜੋੜੇ ਉਹਨਾਂ ਦੇ ਜਿਹੜੇ ਬਣਾਏ ਸਨ ਬਣਾਏ ਗਏ ਸਨ, ਫਿਰ ਵਿੱਚੋਂ ਪੇਟੀ ਚੋਂ ਕੱਢੇ, ਕਿਸੇ ਦੇ ਨਾਲ ਸਲਵਾਰ ਮੰਗਾ, ਕਿਸੇ ਨਾਲ ਦੁਪੱਟਾ ਮੰਗਾ, ਬੀਨਾ ਵਿਚਾਰੀ ਲਿਆਈ। ਉਹ ਬਾਲੀ ਜੋ ਦੇ ਨਾਲ ਦੇ ਆਵੇ ਤੇ ਮਾਨ ਸੁਣਤੋ ਮੈਂ ਨਹੀਂ ਅੱਛਾ, ਉਹ ਐਮਰਜੈਂਸੀ ਸੀ, ਬਿਮਾਰ ਸਨ। ਆਉਂਦੀ ਸੀ ਬਈ ਅੱਜ ਮਾਂ ਚਾਚੂ ਹੋਰਾਂ ਤੁਹਾਡੇ ਕੋਲ ਵੀਡੀਓ ਬਣਾਉਣੀ ਹੈ, ਸਾਰਾ ਦਿਨ ਉਹਨਾਂ ਨੇ ਉੱਥੇ ਹੀ ਰਹਿਣਾ, ਸੁਭਾਨਾ ਦੱਸਦੀ ਸੀ। ਅਸੀਂ ਦੋਵੇਂ ਘਰ ਦੇ ਨੀ ਤੇ ਇੱਥੇ ਹੁੰਦੇ, ਜਿੰਨਾ ਮਰਜ਼ੀ ਡਾਕਟਰ ਜਾਂਦੇ ਹੀ ਕਿਤਾਬਾਂ ਲਿਆ ਕੇ ਦੇਣੀਆਂ ਨੀ ਤੇ ਮੈਨੂੰ ਖਾਲਦ ਕੋਲ ਛੱਡ ਆਉਣਾ, ਇਹ ਤੇ ਪਤਾ ਫੇਰ ਹੀ ਲੱਗੇ ਰਾਤੀ ਕਿਉਂ ਕੁਛ ਸੁਣਿਆ ਸੀ ਨਾ।
ਨਹੀਂ ਆਜ ਇਸ ਕੋ ਤੋਂ ਲਾ ਕੇ ਦੇ ਦੇ ਬਾਜੀ ਇਹ ਪੈਰ ਵੀ ਕਿਤਨੇ ਗਿੱਲੇ ਦੇ ਆ ਤੇ ਅਬ ਧੋ ਕੇ ਹੋ ਜਾ ਪਾਉਂ ਲੋ ਦੀ ਮੇਰਾ ਪੈਰ ਨਹੀਂ ਕੱਢ ਕੋਈ ਸਲਾਹ ਸਕੂਲ ਦੀ ਜਿਹੜੀ ਸੀ ਟੀਚਰ ਬਾਜੀ ਮਜ਼ਦੂਰਾਂ ਦੇ ਪਿੰਡ ਦੀ ਬਾਜੀ ਮਜ਼ਦੂਰਾਂ ਦੇ ਪਿੰਡ ਦੀ ਦੋ ਟੀਚਰਾਂ ਇੱਕ ਲੱਗੀ ਇੱਕ ਉਜ਼ਾਲਾ ਤੇ ਇੱਕ ਬੋਗਰੀ ਮੇਰੀ ਉਮਰ ਇਹਦੀ ਦਾਦੀ ਦੇ ਵਾਲ ਛੇਤੀ ਚਿੱਟੇ ਹੋ ਗਏ ਨਾ ਉਹਨਾਂ ਦੇ ਨਹੀਂ ਜਾਂ ਉਹ ਕਲਰ ਕਰਦੀ ਆਪਣੇ ਉਹ ਕਲਰ ਕਰਦੀਆਂ ਹੋਣੀਆਂ ਲੱਗਾ ਤੇ ਫਿਰ ਰੋਜ਼ੀ ਉਸਕੋ ਮਨਾ ਕਰ ਉਹੀ ਗੰਜੀ ਸਾਰੇ ਡਰਦੇ ਨੇ ਇਹ ਕੋ ਔਰ ਕਿਸੇ ਦੇ ਨਹੀਂ ਆ ਲੱਗਾ ਹੀ ਫੇਰ ਨਹੀਂ ਮਾਰੀ ਨਾ ਮਾਰੀ ਨਾ ਵਾਜੇ ਵੱਜਣਗੀ ਹੋਰ ਹਾਂ ਪਾਣੀ ਚਾਹੀਏ ਪਾਣੀ ਉਹ ਆਂਦਾ ਅਮਨ ਮੁਝੇ ਦੂਧ ਚਾਹੀਏ ਮੁਝੇ ਪਾਣੀ ਚਾਹੀਏ ਮੁਝੇ ਬੱਗਰ ਚਾਹੀਏ ਮੁਝੇ ਬੋਤਲ ਬੱਗਰ ਚਾਹੀਏ ਉਹ ਵੀ ਬੜਾ ਤੇਜ਼ ਦੇ ਅੱਜ ਕੱਲ੍ਹ ਦੀ ਬੜੀ ਧੋ ਗਿਆ ਹੈ ਇੰਜ ਦੀ ਧੁੱਪ ਦੀ ਚਾਰ ਦਿਨ ਰਿਹਾ ਨਾ ਅੰਦਰ ਤੇ ਏਡਾ ਗੋਰਾ ਹੋ ਗਿਆ ਸੀ ਹੁਣ ਫੇਰ ਦਾਦੀ ਫੇਰ ਹੋਈ ਏ ਮਿਲੀ ਏ ਅੱਛਾ ਕਹਿਣਾ ਮੰਨ ਲੈਂਦਾ ਉਹ ਵੱਡਾ ਨਹੀਂ ਮੰਨਦਾ ਮੰਨ ਇਹਨੂੰ ਆਪ ਮਨਾ ਕਰੋ ਨਾ ਉੱਥੇ ਖਲੋਈਏਗਾ ਤੇ ਉਹ ਵੱਡਾ ਤੇ ਅੱਗੋਂ ਗੱਲਾਂ ਕਰਦਾ ਹੈ ਇਹੋ ਹੀ ਆ ਨਾ ਮਨਾ ਦੂਜੇ ਦਿਨ ਉਹਨੇ ਤਸਵੀਰਾਂ ਲਾਈਆਂ ਪਾਉਣ ਕਰਕੇ
ਚਲੋ ਆਪ ਚਲੇ ਜਾਣਾ ਮੈਂ ਤੁਹਾਡੀ ਜਾ ਕੇ ਪਤਾ ਲੈ ਆਉਂਗੀ ਭੈਣ ਦਾ ਤੁਹਾਡੇ ਕੋਲ ਲੈ ਆਉਂਗੀ ਮੈਂ ਕਿਹਾ ਮਹੀਨਾ ਕੁ ਮੈਂ ਤਾਂ ਚੁੱਲ ਜਾਂਦੀ ਹਾਂ ਨਾ ਨਹੀਂ ਹਜੇ ਪਤਾ ਵੀ ਲੈ ਜਾਂਦੇ ਹਾਂ ਕੀ ਕਰਦੇ ਮਠਿਆਈ ਤਕਲੀਫ ਹੋਵੇ ਤੇ ਫਿਰ ਹੀ ਬੰਦਾ ਖਾਂਦਾ ਦਵਾਈ ਨਹੀਂ ਫਿਰ ਲਿਆਂਦੀ ਲੇਕਿਨ ਜਿਸ ਦਿਨ ਮੈਂ ਆਇਆ ਹੋਇਆ ਨਾ ਮੈਂ ਮਹਿਸੂਸ ਕੀਤਾ ਕਿ ਮੈਂ ਸਹੀ ਹੋ ਸਕਦਾ ਐਡੇ ਸੀ ਕੋਈ ਸਰ ਆਪ ਸਹੀ ਹੀ ਹੁੰਦੇ ਸਰ ਮੈਂ ਸਾਈਕਲ ਲੈ ਕੇ ਮੈਂ ਬਾਹਰ ਚਲਾਉਂ ਮੈਂ ਜ਼ਰਾ ਐਕਸਰਸਾਈਜ਼ ਕਰ ਉਹ ਮਾਸਕ ਪਾਉਂਦਾ ਸਰ ਕਿ ਨਹੀਂ ਉੱਥੇ ਤੇ ਬੁਆ ਦੇ ਰਿਹਾ ਹਾਲ ਬੜਾ ਮੁਸ਼ਕਲ ਹੋ ਰਿਹਾ ਹਰ ਜਗ੍ਹਾ ਅੱਛਾ ਮਾਸਕ ਪਾ ਕੇ ਪੰਜ ਪਾ ਕੇ ਤੇ ਫੇਰ ਨਿਕਲਦੇ ਸੀ ਬਾਹਰ ਮੈਨੂੰ ਆਈ ਹੋਈ ਜੀ ਜਾਂ ਸਕਦੀ ਹਾਂ ਹਾਂ ਸਬਜ਼ੀ ਵਾਲੇ ਨੇ ਸਬਜ਼ੀ ਜਿਹੜੀ ਲਾਹੀ ਬਾਅਦ ਹੋ ਗਈ ਹੈ ਹਾਂ ਮੰਡੀ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਰੱਖਦੇ ਆ ਹਾਂ ਤੇ ਉੱਥੇ ਵੀ ਸਬਜ਼ੀ ਦਾ ਹੀ ਵਾਦਾ ਕਿਤੇ ਹੋਰ ਸ਼ਹਿਰ ਨੂੰ ਹੈ ਹਾਂ ਉੱਥੇ ਕਿਹੜੇ ਕਿਹੜੇ ਬੰਦੇ ਕੰਮ ਇਹ ਤੁਸੀਂ ਲੋਕ ਨਹੀਂ ਸਕਦੇ ਸਹੀ ਗੱਲ ਹੈ ਲੋਕ ਨਹੀਂ